ਇੱਕ ਵੀਡੀਓ ਜਿਸ ਨੂੰ ਦੇਖ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ। ਤੁਸੀਂ ਸੋਚਣ ਤੇ ਮਜਬੂਰ ਹੋ ਜਾਵੋਗੇ ਕਿ ਕੋਈ ਇੰਨਾ ਪੱਥਰ ਦਿਲ ਕਿਵੇਂ ਹੋ ਸਕਦਾ ਹੈ। ਲੁਧਿਆਣਾ ਤੋਂ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਇੱਕ ਮਾਸੂਮ ਬੱਚਾ ਜੋ ਕਿ ਗਲੇ ਵਿੱਚ ਖੇਡ ਰਿਹਾ ਸੀ, 3 ਜਾਂ 4 ਸਾਲ ਦਾ ਹੋਵੇਗਾ ਬੱਚਾ, ਇੱਕ ਕਾਰ ਚਾਲਕ ਜੋ ਕਿ ਪਿੱਛੋਂ ਕਾਰ ਲੈ ਕੇ ਆ ਰਿਹਾ ਸੀ, ਉਸਨੇ ਬੱਚੇ ਨੂੰ ਦੇਖ ਕੇ ਵੀ ਅਣਦੇਖਾ ਕਰ ਦਿੱਤਾ ਤੇ ਬੱਚੇ ਦੇ ਵਿੱਚ ਗੱਡੀ ਮਾਰੀ। ਗੱਡੀ ਮਾਰਨ ਮਗਰੋਂ ਬੱਚਾ ਡਿੱਗ ਗਿਆ ਤੇ ਗੱਡੀ ਬੱਚੇ ਦੇ ਸਿਰ ਉੱਪਰ ਚੜਾ ਕੇ ਫਰਾਰ ਹੋ ਗਿਆ। ਮੌਕੇ ਤੇ ਵਿਅਕਤੀ ਵੱਲੋਂ ਬੱਚੇ ਨੂੰ ਚੁੱਕ ਕੇ ਉਸਦੀ ਮਾਂ ਦੇ ਹਵਾਲੇ ਕਰ ਦਿੱਤਾ ਗਿਆ। ਬੱਚੇ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਬੱਚੇ ਦੀ ਹਾਲਤ ਅਜੇ ਵੀ ਬਹੁਤ ਗੰਭੀਰ ਦੱਸੀ ਜਾ ਰਹੀ ਹੈ। ਕਾਰ ਚਾਲਕ ਦਾ ਹਜੇ ਤੱਕ ਪਤਾ ਨਹੀਂ ਲੱਗਾ। ਇੱਕ ਵੀਡੀਓ ਜਿਸ ਨੂੰ ਦੇਖ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ। ਤੁਸੀਂ ਸੋਚਣ ਤੇ ਮਜਬੂਰ ਹੋ ਜਾਵੋਗੇ ਕਿ ਕੋਈ ਇੰਨਾ ਪੱਥਰ ਦਿਲ ਕਿਵੇਂ ਹੋ ਸਕਦਾ ਹੈ। ਲੁਧਿਆਣਾ ਤੋਂ ਇੱਕ ਵੀਡੀਓ ਵਾਇਰਲ ਹੋਈ ਜਿਸ ਵਿੱਚ ਇੱਕ ਮਾਸੂਮ ਬੱਚਾ ਜੋ ਕਿ ਗਲੇ ਵਿੱਚ ਖੇਡ ਰਿਹਾ ਸੀ, 3 ਜਾਂ 4 ਸਾਲ ਦਾ ਹੋਵੇਗਾ ਬੱਚਾ, ਇੱਕ ਕਾਰ ਚਾਲਕ ਜੋ ਕਿ ਪਿੱਛੋਂ ਕਾਰ ਲੈ ਕੇ ਆ ਰਿਹਾ ਸੀ, ਉਸਨੇ ਬੱਚੇ ਨੂੰ ਦੇਖ ਕੇ ਵੀ ਅਣਦੇਖਾ ਕਰ ਦਿੱਤਾ ਤੇ ਬੱਚੇ ਦੇ ਵਿੱਚ ਗੱਡੀ ਮਾਰੀ। ਗੱਡੀ ਮਾਰਨ ਮਗਰੋਂ ਬੱਚਾ ਡਿੱਗ ਗਿਆ ਤੇ ਗੱਡੀ ਬੱਚੇ ਦੇ ਸਿਰ ਉੱਪਰ ਚੜਾ ਕੇ ਫਰਾਰ ਹੋ ਗਿਆ। ਮੌਕੇ ਤੇ ਵਿਅਕਤੀ ਵੱਲੋਂ ਬੱਚੇ ਨੂੰ ਚੁੱਕ ਕੇ ਉਸਦੀ ਮਾਂ ਦੇ ਹਵਾਲੇ ਕਰ ਦਿੱਤਾ ਗਿਆ। ਬੱਚੇ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਬੱਚੇ ਦੀ ਹਾਲਤ ਅਜੇ ਵੀ ਬਹੁਤ ਗੰਭੀਰ ਦੱਸੀ ਜਾ ਰਹੀ ਹੈ। ਕਾਰ ਚਾਲਕ ਦਾ ਹਜੇ ਤੱਕ ਪਤਾ ਨਹੀਂ ਲੱਗਾ।